ਹਾਂਜੀ ਭਾਅ ਜੀ, ਨਿਰਮਲ ਮਸੀਹ ਮੇਰਾ ਨਾਮ ਆ, ਪਰਸੋਂ ਕਾ ਪਿੰਡ ਆ ਮੇਰਾ। ਮਤਲਬ ਭਾਅ ਜੀ ਇਹ ਆ ਕਿ ਇਹ ਜਗ੍ਹਾ ਜਿਹੜੀ ਆ ਇਹ ਕਬਰਸਤਾਨ ਦੀ ਜਗ੍ਹਾ ਹੈਗੀ। ਕਿੰਨੀ ਜਗ੍ਹਾ ਜੀ? ਇਹ ਜਗ੍ਹਾ ਹੈਗੀ ਆ ਕੋਈ ਇੱਕ ਕਨਾਲ ਤੇ ਕੋਈ 16-17 ਮਰਲੇ ਆ, ਵਾਧੀ ਹੋ ਸਕਦੀ ਆ, ਮੈਨੂੰ ਇੰਨਾ ਪੱਕਾ ਨਹੀਂ ਆ ਵੈਸੇ ਪਤਾ ਹੈਗਾ। ਤੇ ਜਿਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਆਪਣੇ ਮਤਲਬ ਮਾਤਾ ਦੀ ਡੈਡ ਬੋਡੀ ਨੂੰ ਇੱਥੇ ਦਫਨਾਇਆ ਹੋਇਆ ਸੀਗਾ। ਤੇ ਇਹ ਪਿੰਡ ਦੇ ਲੋਕਾਂ ਨੇ ਪਹਿਲਾਂ ਤੇ ਇੱਥੋਂ ਦਰਖਤ ਵੱਢੇ, ਮੁੜ ਕੇ ਉਹ ਡੈਡ ਬੋਡੀ ਜਿਹੜੀ ਸੀਗੀ ਉਹ ਬਕਸਾ ਜਿਹੜਾ ਪੁੱਟ ਕੇ ਖੁਰਦ ਬੁਰਦ ਕੀਤਾ, ਤੇ ਇਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ। ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਦਾ ਨਾਂ ਕੀ? ਉਹਨਾਂ ਦਾ ਨਾਂ ਜੀ ਹੈਗਾ ਵਾ ਸਾਹਿਬ ਸਿੰਘ, ਸਨ ਆਫ ਗੁਰਮੇਲ ਸਿੰਘ, ਤੇ ਸ਼ੇਰ ਸਿੰਘ, ਸਨ ਆਫ ਗੁਰਮੇਲ ਸਿੰਘ, ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ। ਤੇ ਹੁਣ ਜਦੋਂ ਸਾਡੇ ਮਤਲਬ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲ੍ਹ ਦੀ, ਤੇ ਅਸੀਂ ਸਵੇਰੇ ਕਬਰ ਪੁੱਟਣ ਵਾਸਤੇ ਆਏ ਸੀਗੇ ਇੱਥੇ, ਤੇ ਅੱਗੇ ਵੇਖਿਆ ਕਿ ਕਣਕ ਬੀਜੀ ਹੋਈ ਆ। ਜਦੋਂ ਕਣਕ ਅਸੀਂ ਮਤਲਬ ਕਬਰ ਪੁੱਟ ਰਹੇ ਸੀਗੇ ਤੇ ਉਸ ਵਕਤ ਆਣ ਕੇ ਸਾਡੇ ਹੱਥੀਂ ਪਏ ਨੇ, ਤੇ ਕਾਫੀ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਵਾ, ਸਾਨੂੰ ਮਨਾ ਕੀਤਾ ਵਾ। ਉਹਨਾਂ ਨੇ ਕਿਹਾ ਵੀ ਜੇ ਪੁੱਟ ਵੀ ਦਓਗੇ ਤੁਸੀਂ ਇਹ ਕੰਮ, ਜੇ ਹੋ ਵੀ ਗਿਆ ਤੇ ਜਿੱਦਾਂ ਪਹਿਲਾਂ ਹੀ ਕੀਤਾ ਵਾ ਬਕਸਾ ਇੱਥੋਂ ਪੁੱਟ ਕੇ ਸੁੱਟ ਛੱਡਿਆ ਵਾ, ਅਸੀਂ ਇਹ ਵੀ ਨਹੀਂ ਰਹਿਣ ਦੇਣਾ ਵੀ ਪੁੱਟ ਕੇ ਸੁੱਟ ਦੇਣਾ ਵਾ। ਤੇ ਜਦੋਂ ਪਹਿਲੇ ਇਹਨਾਂ ਨੇ ਤੁਹਾਡੇ ਕਬਰਾਂ ਦੇ ਵਿੱਚ ਇੱਥੋਂ ਬਕਸਾ ਪੁੱਟਿਆ ਸੀ, ਉਦੋਂ ਤੁਸੀਂ ਕਿਸੇ ਨੂੰ ਇਤਲਾਹ ਦਿੱਤੀ ਇਸ ਬਾਰੇ? ਹਾਂਜੀ ਹਾਂਜੀ, ਸਰਪੰਚ ਨੂੰ ਕਿਹਾ ਸੀ ਜੀ, ਸਰਪੰਚ ਨੇ ਕੀ ਤੁਹਾਨੂੰ ਭਰੋਸਾ ਦਵਾਇਆ ਜਾਂ? ਸਰਪੰਚ ਨੇ ਕੋਈ ਭਰੋਸਾ ਨਹੀਂ ਜੀ ਦਵਾਇਆ। ਤੇ ਇਹ ਜਿਹੜੀ ਮਿੱਟੀ ਪੁੱਟੀ ਗਈ ਹੈ ਕਬਰਾਂ ਦੇ ਵਿੱਚੋਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਵੀ ਪੰਚਾਇਤ ਦੀ ਮਿਲੀਭੁਗਤ ਨਾਲ ਹੀ ਹੋਇਆ ਵਾ ਜੀ ਸਾਰਾ ਕੰਮ, ਸਾਰਿਆਂ ਨੂੰ ਪਤਾ ਸੀਗਾ ਤੇ ਪੰਚਾਇਤ ਦੀ ਮਿਲੀਭੁਗਤ ਨਾਲ ਹੀ ਇਹ ਸਾਰਾ ਕੰਮ ਹੋਇਆ ਵਾ। ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਚਾਹੁੰਦੇ ਹੋ? ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮਤਲਬ ਚਾਹੁੰਦੇ ਹਾਂ ਵੀ ਇੱਕ ਤੇ ਜਿਹੜਾ ਬਕਸਾ ਪੁੱਟਿਆ ਗਿਆ ਵਾ, ਖੁਰਦ ਬੁਰਦ ਕੀਤਾ ਗਿਆ ਸਾਡੀ ਮਾਤਾ ਦਾ, ਉਹਦਾ ਵੀ ਨਿਆਂ ਹੋਣਾ ਚਾਹੀਦਾ ਵਾ, ਤੇ ਇੱਕ ਜਿਹੜਾ ਸਵੇਰੇ ਆਣ ਕੇ ਸਾਡੇ ਹੱਥੀਂ ਪਏ ਨੇ ਜਾਂ ਸਾਨੂੰ ਗਾਲੀ ਗਲੋਚ ਕੀਤਾ, ਇਹਨਾਂ ਗੱਲਾਂ ਦਾ ਨਿਆਂ ਹੋਣਾ ਚਾਹੀਦਾ। ਤੇ ਇਹ ਜਗ੍ਹਾ ਜਿਹੜੀ ਆ ਇਹ ਜਿਹੜੀ ਆ ਮਤਲਬ ਇਹ ਸਾਨੂੰ ਪੱਕੇ ਪ੍ਰੂਫ ਦੇ ਉੱਤੇ ਜਿਹੜੀ ਆ ਮਤਲਬ ਸਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਵੀ ਇਹ ਜਗ੍ਹਾ ਜਿਹੜੀ ਆ ਕਬਰਸਤਾਨ ਦੀ ਜਗ੍ਹਾ ਵਾ। ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹੈ? ਹਾਂਜੀ ਹਾਂਜੀ, ਥਾਣਾ ਸਦਰ ਗਏ ਹਾਂ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਕੋਲ ਖਬਰ ਸੁਣਨ ਵਾਸਤੇ ਆਏ ਜੇ। ਵੀਰ ਜੀ, ਗੱਲ ਇੱਦਾਂ ਵਾ ਵੀ ਸਾਡੇ ਘਰ ਦੇ ਸਾਹਮਣੇ ਇੱਕ ਕ੍ਰਿਸ਼ਨ ਬਰਾਦਰੀ ਦਾ ਘਰ ਹੈ, ਉਹਨਾਂ ਦੇ ਇੱਕ ਪਰਿਵਾਰ ਮੈਂਬਰ ਦੀ, ਬਜ਼ੁਰਗ ਦੀ ਹੋਈ ਮੌਤ। ਗੱਲ ਕਿ ਜਿੱਥੇ ਇਹਨਾਂ ਉਹਨਾਂ ਨੂੰ ਖੜ ਕੇ ਦਫਨਾਉਣਾ ਸੀ, ਉੱਥੇ ਸਾਡੀ ਜ਼ਮੀਨ ਆ, ਸਾਡੀ ਪੱਕੀ ਫਸਲ ਕਣਕ ਦੀ, ਸਾਡੀ ਗੈਰ ਹਾਜ਼ਰੀ, ਸਾਨੂੰ ਪਤਾ ਵੀ ਨਹੀਂ ਇਸ ਚੀਜ਼ ਦਾ। ਉੱਥੇ ਦੂਜੇ ਪਿੰਡ ਤੋਂ ਟਰੈਕਟਰ ਸੱਦ ਕੇ ਉਹ ਸਾਡੀ ਜਿਹੜੀ ਫਸਲਾਂ ਨੂੰ ਵਾਹਿਆ ਗਿਆ, ਖਰਾਬ ਕੀਤਾ ਗਿਆ। ਗੱਲ ਕਿ ਅਸੀਂ ਇਹ ਗੱਲ ਹੀ ਸਹਿਮਤ ਹਾਂ ਕਿ ਜੇ ਤੁਹਾਡਾ ਇੱਥੇ ਕੋਈ ਕਬਰਸਤਾਨ ਨਾਂ ਦੀ ਚੀਜ਼ ਹੈਗੀ ਹੈ ਤਾਂ ਅਸੀਂ ਖੁਦ ਤੁਹਾਡੇ ਨਾਲ ਚੱਲਦੇ ਹਾਂ ਅਤੇ ਉਹਨਾਂ ਨੂੰ ਉੱਥੇ ਦਫਨਾ ਦਿੰਦੇ ਹਾਂ। ਇਹਨਾਂ ਨੇ ਨਜਾਇਜ਼ ਸਾਡੇ ਨਾਲ ਕੀਤੀ ਆ, ਸਾਡੀ ਪੱਕੀ ਫਸਲ ਜਿਹੜੀ ਉਹਨੂੰ ਵਾਹਤਾ, ਕਹਿੰਦੇ ਵੀ ਇੱਥੇ ਕਬਰਸਤਾਨ ਹੈ, ਜੇ ਇੱਥੇ ਕਬਰਸਤਾਨ ਹੀ ਹੈਗਾ ਤੇ ਸਾਡੀ ਛੋਟੀ ਉਮਰ ਤੋਂ ਲੱਗ ਕੇ ਅੱਜ ਤੱਕ ਉੱਥੇ ਕੋਈ ਕਬਰਸਤਾਨ ਨਾਂ ਦੀ, ਨਾ ਕੋਈ ਕਬਰਸਤਾਨ ਬਣਿਆ, ਨਾ ਉੱਥੇ ਕਬਰਸਤਾਨ ਨਾਂ ਦੀ ਕੋਈ ਚੀਜ਼ ਹੈ। ਜੇ ਉੱਥੇ ਕਬਰਸਤਾਨ ਹੈਗਾ ਤਾਂ ਉੱਥੇ ਫਿਰ ਅੱਜ ਤੱਕ ਕਬਰਸਤਾਨ ਬਣਨਾ ਚਾਹੀਦਾ ਸੀਗਾ। ਤੇ ਜੇ ਉੱਥੇ ਕਬਰਸਤਾਨ ਹੈਗਾ ਤਾਂ ਸਾਨੂੰ ਇਸ ਚੀਜ਼ 'ਚ ਕੋਈ ਇਤਰਾਜ਼ ਨਹੀਂਗਾ, ਅਸੀਂ ਨਾਲ ਹੋ ਕੇ ਆਪਣਾ ਉਹ ਕਬਰਸਤਾਨ ਦਾ ਥਾਂ ਛੱਡਾਂਗੇ, ਸਗੋਂ 2-4 ਮਰਲੇ ਵੱਧ ਛੱਡਾਂਗੇ। ਪਰ ਇਹਨਾਂ ਸਾਨੂੰ ਸੂਚਿਤ ਕਰਨ ਤੋਂ ਬਗੈਰ ਸਾਡੀ ਕਣਕ ਦੀ ਫਸਲ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਵੀ ਵਾਹ ਕੇ ਬੁਰੀ ਤਰ੍ਹਾਂ ਖਰਾਬ ਕੀਤੀ ਆ, ਦੂਜੇ ਪਿੰਡ ਤੋਂ ਟਰੈਕਟਰ ਲਿਆ ਕੇ ਤੇ ਨਜਾਇਜ਼ ਇਹਨਾਂ ਸਾਡੇ ਨਾਲ ਕੀਤੀ, ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਹੈ। ਵੀਰ ਜੀ, ਇਹ ਗੱਲ ਬਿਲਕੁਲ ਝੂਠ ਹੈ। ਸਾਡੀ ਮੰਮੀ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਹਾਡਾ ਜੋ ਕੋਈ ਰਸਮ ਰਿਵਾਜ਼ ਆ ਤੁਸੀਂ ਕਰੋ, ਆਪਣੇ ਤੁਸੀਂ ਬਜ਼ੁਰਗ ਨੂੰ ਉੱਥੇ ਦਫਨਾ ਸਕਦੇ ਜੇ। ਫਿਰ ਦੂਸਰੀ ਗੱਲ, ਅਸੀਂ ਇਹਨਾਂ ਦੇ ਘਰ ਵੀ ਗਏ ਹਾਂ, ਅਸੀਂ ਉਹ ਬਜ਼ੁਰਗ ਦੇ ਲਾਗੇ ਬੈਠ ਕੇ ਆਏ ਹਾਂ, ਇਹੋ ਜਿਹੀ ਕੋਈ ਨਾਂ ਦੀ ਚੀਜ਼ ਨਹੀਂ। ਇਹਨਾਂ ਨੇ ਜਾਇਜ਼ ਸਾਡੇ ਤੇ ਉਲਟ ਪੁਲਿਸ ਤੇ ਪਰਚਾ ਵੀ ਦਿੱਤਾ। ਮੈਂ ਮੌਜੂਦਾ ਸਰਪੰਚ, ਮੇਰੀ ਮੈਡਮ ਆ ਸਰਬਜੀਤ ਕੌਰ, ਉਹ ਹੈ ਉਹਨਾਂ ਦਾ ਪਤੀ ਆ ਮੈਂ, ਪਰਸੋਂ ਦਾ ਪਿੰਡ ਮੇਰਾ। ਝਗੜੇ ਦਾ ਤਾਂ ਨਹੀਂ ਕਿਉਂ ਹੈਗਾ, ਇਸ਼ੂ ਹੈਗਾ ਬਈ ਮੈਂ ਹੀ ਤੋਂ ਉੱਥੇ ਕਿਸੇ ਦੀ ਮੌਤ ਹੋਈ ਸੀ, ਇੱਕ ਜਨਮ ਮਸੀਹ ਦੀ, ਉਹਦਾ ਸਤਿਕਾਰ ਕਰਨ ਵਾਸਤੇ ਕੋਈ ਗੱਲ ਹੋਈ ਹੈ, ਕੋਈ ਮਤਲਬ ਇਹੋ ਜਿਹਾ ਕੋਈ ਇਸ਼ੂ ਤਾਂ ਹੈ ਨਹੀਂ ਹੈ ਕੋਈ ਵੀ, ਮਤਲਬ ਜੇ ਉਹਨੂੰ ਕੋਈ ਰੋਕਿਆ ਜਾਵੇ। ਇਹ ਚੀਜ਼ ਤਾਂ ਮੇਰੇ ਸਾਹਮਣੇ ਤੇ ਮੈਨੂੰ ਨਹੀਂ ਕੀ ਪਤਾ ਹੈਗਾ ਨਾ ਹੋਈ ਆ, ਬਾਕੀ ਉਹਨਾਂ ਦੇ ਘਰ ਬੈਠੇ ਸੀ ਇਕੱਠੇ, ਇਹ ਵੀ ਦੋਵੇਂ ਮੁੰਡੇ ਮੇਰੇ ਨਾਲ ਹੀ ਬੈਠੇ ਸੀ, ਉਸ ਟਾਈਮ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਉਹਨਾਂ ਵੀ ਨਹੀਂ ਰੋਕਿਆ ਕੋਈ, ਆ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ ਕੋਈ ਵੀ। ਅਗਰ ਜੇ ਹੋਏਗੀ ਵੀ ਇਹਦੀ ਦੁਬਾਰਾ ਆਪਾਂ ਬੰਦਿਆਂ ਦੁਬਾਰਾ ਇਹਦੀ ਜਿਹੜੀ ਇਹਦੀ ਪੜਤੋਲ ਕੀਤੀ ਜਾਏਗੀ ਵੀ ਕਬਜ਼ਾ ਹੈ ਜਾਂ ਨਹੀਂ ਹੈ ਜਾਂ ਕੁਛ ਹੈ ਜਾਂ ਨਹੀਂ ਹੈ, ਅਜੇ ਤਾਂ ਫਿਲਹਾਲ ਕੋਈ ਇਹੋ ਜਿਹੀ ਗੱਲ ਨਹੀਂ ਹੈ, ਜਿਸ ਤਰ੍ਹਾਂ ਦਾ ਸਿਸਟਮ ਹੈਗਾ ਉਸ ਤਰ੍ਹਾਂ ਦਾ ਹੈ। ਇਹ ਜੀ, ਸਾਡੇ ਕੋਲ ਕੰਪਲੇਨਟ ਤਰਸੇਮ ਮਸੀਹ ਨੇ ਕੰਪਲੇਨਟ ਦਿੱਤੀ ਸੀ ਵੀ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ, ਤੇ ਪਰਸੋਂ ਕੋਈ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗ੍ਹਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ, ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵੱਢ ਲਈ ਸੀ ਉੱਥੋਂ, ਤੇ ਜਿਹੜੀ ਕਬਰ ਪੁੱਟੀ ਹੋਈ ਸੀ ਇਹਨਾਂ ਦੀ, ਤੇ ਅਸੀਂ ਜਾ ਕੇ ਪਿੰਡ 'ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ। ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਹ ਤਾਂ ਨਹੀਂ ਮਿਲੇ, ਪਰ ਜਿਹੜੇ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਜਿਹੜਾ ਇਹ ਆਪਣੀ ਡੈਡ ਬੋਡੀ ਹੈ ਇੱਥੇ ਦਫਨਾ ਸਕਦੇ।
ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ 'ਤੇ। ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ, ਅਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀਹ ਦੀ ਬੋਡੀ ਹੈ ਇੱਥੇ ਦਫਨਾ ਸਕਦੇ ਨੇ।